welcom to electronic vocational ਇਸ ਵੀਡੀਓ ਆਪਾਂ ਟ੍ਰੇਡ 1 ਦਾ ਚੈਪਟਰ 3 ਟੀਵੀ ਰਿਸੈਪਸ਼ਨ ਦੇ ਸ਼ਾਰਟ ਕੁਐਸ਼ਨਸ ਕਰਾਂਗੇ ਫਰਸਟ ਕੁਐਸ਼ਨ ਹੈ ਮੋਨੋਕ੍ਰੋਮ ਟੀਵੀ ਕਿਸ ਨੂੰ ਆਖਦੇ ਹਨ ਮੋਨੋਕ੍ਰੋਮ ਟੀਵੀ ਬਲੈਕ ਐਂਡ ਵਾਈਟ ਟੀਵੀ ਨੂੰ ਆਖਦੇ ਹਨ ਕੁਐਸ਼ਨ ਨੰਬਰ 2 ਟੀਵੀ ਰਿਸੀਵਰ ਵਿੱਚ ਸਭ ਤੋਂ ਪਹਿਲਾਂ ਸਿਗਨਲ ਕੌਣ ਪਕੜਦਾ ਹੈ ਜੋ ਸਾਡਾ ਰਿਸੀਵਰ ਦਾ ਡਾਇਗਰਾਮ ਹੈ ਉਸ ਦੇ ਵਿੱਚ ਸਭ ਤੋਂ ਪਹਿਲਾਂ ਰਿਸੀਵਿੰਗ ਐਂਟੀਨਾ ਲੱਗਿਆ ਹੁੰਦਾ ਕਿਉਂਕਿ ਰਿਸੀਵਿੰਗ ਐਂਟੀਨਾ ਹੀ ਹਵਾ ਦੇ ਵਿੱਚੋਂ ਸਿਗਨਲ ਨੂੰ ਕੈਚ ਕਰਦਾ ਹੈ ਕੁਐਸਚਨ ਨੰਬਰ 3 ਟਿਊਨਰ ਕੀ ਹੈ ਰਿਸੀਵਿੰਗ ਐਂਟੀਨਾ ਤੋਂ ਬਾਅਦ ਬੈਲੂਨ ਲੱਗਦਾ ਹੈ ਬੈਲੂਨ ਤੋਂ ਬਾਅਦ ਆਰਐਫ ਐਂਪਲੀਫਾਇਰ ਆਉਣਾ ਇੱਥੇ ਟਿਊਨਰ ਦੀ ਜਗ੍ਹਾ ਇੱਕ ਔਸੀਲੇਟਰ ਤੇ ਮਿਕਸਰ ਇਹਨਾਂ ਤਿੰਨਾਂ ਨੂੰ ਕੰਬਾਈਨ ਕਰਕੇ ਇੱਕ ਸੈਕਸ਼ਨ ਬਣਦਾ ਹੈ ਇਸ ਨੂੰ ਟਿਊਨਰ ਸੈਕਸ਼ਨ ਕਿਹਾ ਜਾਂਦਾ ਹੈ ਇਹ ਟਿਊਨਰ ਸੈਕਸ਼ਨ ਇੱਕ ਪਾਰਟਿਕੂਲਰ ਫ੍ਰੀਕੁਐਂਸੀ ਤੇ ਟਿਊਨ ਹੋਣ ਵਿੱਚ ਸਾਡੀ ਹੈਲਪ ਕਰਦਾ ਹੈ ਭਾਵੇਂ ਜਿਸ ਚੈਨਲ ਨੂੰ ਅਸੀਂ ਵੇਖਣਾ ਚਾਹੁੰਦੇ ਆ ਇਹ ਉਸਦੀ ਫ੍ਰੀਕੁਐਂਸੀ ਨੂੰ ਪਾਸ ਕਰ ਦਿੰਦਾ ਹੈ ਸਿਲੈਕਟ ਕਰਕੇ ਔਰ ਦੂਸਰਿਆਂ ਨੂੰ ਉੱਥੇ ਹੀ ਰੋਕ ਦਿੰਦਾ ਹੈ ਕੁਐਸਚਨ ਨੰਬਰ 4 ਆਈ ਐਫ ਦੀ ਫੁੱਲ ਫਾਰਮ ਦੋ ਸੋ ਆਈ ਫਾਰ ਇੰਟਰਮੀਡੀਏਟ ਐਫ ਫਾਰ ਫ੍ਰੀਕੁਐਂਸੀ ਟਿਊਨਰ ਤੋਂ ਬਾਅਦ ਆਈਐਫ ਐਂਪਲੀਫਾਇਰ ਹੀ ਲੱਗੇ ਹੁੰਦੇ ਨੇ ਜਿਹੜੇ ਸਾਨੂੰ ਸਾਊਂਡ ਤੇ ਵੀਡੀਓ ਆਈਐਫ ਦਿੰਦੇ ਨੇ ਇੰਟਰਮੀਡੀਏਟ ਫ੍ਰੀਕੁਐਂਸੀ ਕੁਐਸਚਨ ਨੰਬਰ 5 ਏਜੀਸੀ ਦੀ ਫੁੱਲ ਫਾਰਮ ਦੱਸੋ ਏਜੀਸੀ ਆਟੋਮੈਟਿਕ ਗੇਨ ਕੰਟਰੋਲ ਆਈਐਫ ਐਂਪਲੀਫਾਇਰ ਤੋਂ ਬਾਅਦ ਵੀਡੀਓ ਡਿਟੈਕਟਰ ਹੁੰਦਾ ਹੈ ਵੀਡੀਓ ਡਿਟੈਕਟਰ ਤੋਂ ਇੱਕ ਕਨੈਕਸ਼ਨ ਸਾਡੇ ਆਈਐਫ ਐਂਪਲੀਫਾਇਰ ਤੇ ਆਰਐਫ ਐਂਪਲੀਫਾਇਰ ਨੂੰ ਦਿੱਤਾ ਜਾਂਦਾ ਹੈ ਉਹ ਹੁੰਦਾ ਆਟੋਮੈਟਿਕ ਗੇਨ ਕੰਟਰੋਲ ਕਰਨ ਲਈ ਕਵੈਸਚਨ ਨੰਬਰ 6 AFC AFC ਦੀ ਫੁੱਲ ਫਾਰਮ ਆਟੋਮੈਟਿਕ ਫ੍ਰੀਕੁਐਂਸੀ ਕੰਟਰੋਲ ਸਿੰਕ ਸੈਪਰੇਟਰ ਸਰਕਟ ਦੇ ਵਿੱਚ ਹਰੀਜ਼ਨਟਲ ਔਸੀਲੇਟਰ ਦੇ ਅੱਗੇ AFC ਲਗਾਇਆ ਜਾਂਦਾ ਹੈ ਨੌਇਸ ਕੈਨਸਲੇਸ਼ਨ ਲਈ ਨੌਇਸ ਨੂੰ ਖਤਮ ਕਰਨ ਲਈ ਕਵੈਸਚਨ ਨੰਬਰ 6 ਪਿਕਚਰ ਐਂਡ ਸਾਊਂਡ IF ਕਿੰਨੀ ਹੁੰਦੀ ਹੈ ਜੋ ਸਾਡੇ IF ਐਂਪਲੀਫਾਇਰ ਨੇ ਉਹ ਸਾਨੂੰ ਵੀਡੀਓ IF ਦਿੰਦੇ ਨੇ 38.9 ਮੀਗਾਹਰਟਸ ਸਾਊਂਡ IF ਦਿੰਦੇ ਨੇ 33.4 ਮੀਗਾਹਰਟਸ ਕੁਐਸਚਨ ਨੰਬਰ 6 CRT ਦੀ ਫੁੱਲ ਫਾਰਮ ਦੱਸੋ ਕੈਥੋਡ ਰੇ ਟਿਊਬ ਸਾਡੇ ਟੀਵੀ ਦੀ ਸਕਰੀਨ ਜਿਸ ਤੇ ਅਸੀਂ ਤਸਵੀਰ ਦੇਖਦੇ ਆ ਉਹਨੂੰ ਕਿਹਾ ਜਾਂਦਾ ਹੈ ਕੈਥੋਡ ਰੇ ਟਿਊਬ ਕੁਐਸਚਨ ਨੰਬਰ 7 ਤਿੰਨ ਪ੍ਰਾਇਮਰੀ ਰੰਗਾਂ ਦੇ ਨਾਮ ਦੱਸੋ ਜਿਹੜਾ ਸਾਡਾ ਕਲਰ ਟੈਲੀਵਿਜ਼ਨ ਸਿਸਟਮ ਹੈ ਉਹ ਬੇਸਿਕਲੀ ਤਿੰਨ ਪ੍ਰਾਇਮਰੀ ਰੰਗਾਂ ਦੇ ਕੰਮ ਕਰਦਾ ਹੈ 레드 ਗ੍ਰੀਨ ਬਲੂ ਕੁਐਸਚਨ ਨੰਬਰ 8 ਵਾਈਟ ਰੰਗ ਕਿਵੇਂ ਬਣਦਾ ਹੈ ਜੇ ਅਸੀਂ ਵਾਈਟ ਸਕਰੀਨ 'ਚ ਆਉਨੇ ਆ 100% ਕਲਰ ਵਾਈਟ 'ਚ ਆਉਨੇ ਆ ਤਾਂ 레드 ਦੀ ਰੇਸ਼ੋ ਹੁੰਦੀ ਹੈ ਉੱਚ 30 ਗ੍ਰੀਨ 59 ਐਂਡ ਬਲੂ 11% ਕੁਐਸਚਨ ਨੰਬਰ 8 ਸੈਕੰਡਰੀ ਰੰਗ ਕੀ ਹੁੰਦੇ ਹਨ ਜਦੋਂ ਅਸੀਂ ਪ੍ਰਾਇਮਰੀ ਰੰਗਾਂ ਨੂੰ ਵੱਖ-ਵੱਖ ਅਨੁਪਾਤ ਵਿੱਚ ਮਿਕਸ ਕਰਕੇ ਨਵੇਂ ਰੰਗ ਬਣਾਉਨੇ ਹਾਂ ਉਸ ਸੈਕੰਡਰੀ ਰੰਗ ਹੁੰਦੇ ਹਨ ਤਿੰਨ ਪ੍ਰਾਇਮਰੀ ਗੰਸ ਹੁੰਦੀਆਂ ਨੇ ਪਰ ਟੀਵੀ ਤੇ ਹੋਰ ਵੀ ਸੈਕੰਡਰੀ ਕਲਰਸ ਹੁੰਦੇ ਨੇ ਜਿਹੜੇ ਪ੍ਰਾਇਮਰੀ ਰੰਗਾਂ ਨੂੰ ਵੱਖ-ਵੱਖ ਰੇਸ਼ਿਓ ਚ ਲੈ ਕੇ ਬਣਦੇ ਹਨ ਕੁਐਸਚਨ ਨੰਬਰ 9 ਰੰਗਾਂ ਦੀ ਮਿਕਸਿੰਗ ਤੋਂ ਕੀ ਭਾਵ ਹੈ ਜਦੋਂ ਸੈਕੰਡਰੀ ਰੰਗ ਬਣਾਏ ਜਾਂਦੇ ਨੇ ਤਾਂ ਪ੍ਰਾਇਮਰੀ ਰੰਗਾਂ ਨੂੰ ਦੋ ਵਿਧੀਆਂ ਨਾਲ ਮਿਕਸ जा तो एडिटिव मिकसिंग या फिर सब क्वेश्चन नंबर टेन ल्यूमन की है ल्यूमन तो भाव है ब्राइटनैस ब्राइटनैस बढ़ाने घटाओ सान या तो डिम हो जाती है या फिर डार्क हो जाती है क्वेश्चन नंबर इलेवन ह्यू की है ह्यू तो भाव है कलर ਇਸੇ ਚੀਜ਼ ਦਾ ਰੰਗ ਜਦ ਅਸੀਂ ਕਹਿਣਾ ਹੋਵੇ ਕਿ ਇਹਦਾ ਕਲਰ ਕਿਹੜਾ ਹੈ ਤਾਂ ਅਸੀਂ ਉਹਦੇ ਲਈ ਸ਼ਬਦ ਵਰਤ ਸਕਦੇ ਹਾਂ ਹਿਊ ਕੁਐਸਚਨ ਨੰਬਰ 12 ਸੈਚੂਰੇਸ਼ਨ ਕੀ ਹੈ ਸੈਚੂਰੇਸ਼ਨ ਹੁੰਦਾ ਅਮਾਊਂਟ ਆਫ ਕਲਰ ਕਿ ਉਹ ਰੰਗ ਸਫੇਦ ਦੇ ਮੁਕਾਬਲੇ ਕਿੰਨਾ ਗੂੜਾ ਹੈ ਜਾਂ ਫਿੱਕਾ ਹੈ ਜਦੋਂ ਆਪਾਂ ਰੰਗ ਨੂੰ ਵਾਈਟ ਨਾਲ ਕੰਪੇਅਰ ਕਰਦੇ ਹਾਂ ਕਿ ਉਹ ਵਾਈਟ ਤੋਂ ਕਿੰਨਾ ਗੂੜਾ ਹੈ ਜਾਂ ਫਿੱਕਾ ਹੈ ਤਾਂ ਆਪਾਂ ਉਹਨੂੰ ਕਹਿੰਦੇ ਹਾਂ ਕਿ ਕਿੰਨਾ ਸੈਚੂਰੇਟਿਡ ਕਲਰ ਹੈ ल्यूमेंस ह्यू सैचुरेशन ਇਹ ਸਾਡੇ ਕਲਰ ਦੀਆਂ ਵਿਸ਼ੇਸ਼ਤਾਵਾਂ ਨੇ ਤਿੰਨੋਂ ਕੁਐਸਚਨ ਨੰਬਰ 13 ਪਿਕਚਰ ਟਿਊਬ ਵਿੱਚ ਇਲੈਕਟ੍ਰੋਨਸ ਕਿੱਥੋਂ ਨਿਕਲਦੇ ਹਨ ਇਲੈਕਟ੍ਰੋਨ ਗਨ ਫਿਟ ਕੀਤੀ ਹੁੰਦੀ ਹੈ ਜਿਸ ਤੋਂ ਸਾਡੇ ਇਲੈਕਟ੍ਰੋਨਸ ਨਿਕਲਨੇ ਸ਼ੁਰੂ ਹੁੰਦੇ ਹਨ ਕੁਐਸਚਨ ਨੰਬਰ 14 ਵੀਡੀਓ ਸਿਗਨਲ ਦੀ ਮੋਡੂਲੇਸ਼ਨ ਕਿਸ ਪ੍ਰਕਾਰ ਦੀ ਹੁੰਦੀ ਹੈ ਜਦੋਂ ਟ੍ਰਾਂਸਮਿਸ਼ਨ ਇੱਕ ਵੀਡੀਓ ਸਿਗਨਲ ਨੂੰ ਕੀਤਾ ਜਾਂਦਾ ਹੈ ਤਾਂ ਉਸ ਤੇ ਨੈਗੇਟਿਵ ਮੋਡੂਲੇਸ਼ਨ ਕਰਕੇ ਉਸ ਨੂੰ ਟ੍ਰਾਂਸਮਿਟ ਕੀਤਾ ਜਾਂਦਾ ਹੈ ਕੁਐਸਚਨ ਨੰਬਰ 15 ਫਿਲਾਮੈਂਟ ਵੋਲਟੇਜ ਕਿੰਨੀ ਹੁੰਦੀ ਹੈ ਜਿਹੜੀ ਇਲੈਕਟ੍ਰੋਨ ਗਨ ਹੈ ਉਸ ਦੇ ਵਿੱਚ ਇੱਕ ਹੀਟਰ ਜਾਂ ਜਿਸ ਨੂੰ ਅਸੀਂ ਫਿਲਾਮੈਂਟ ਕਹਿੰਦੇ ਆ ਉਹ ਲੱਗਿਆ ਹੁੰਦਾ ਹੈ ਉਹ ਫਿਲਾਮੈਂਟ ਜਦੋਂ ਹੀਟ ਅਪ ਹੁੰਦਾ ਹੈ ਤਾਂ ਉੱਥੋਂ ਹੀ ਇਲੈਕਟ੍ਰੋਨਸ ਪੈਦਾ ਹੁੰਦੇ ਨੇ ਉਸ ਦੀ ਵੋਲਟੇਜ ਹੁੰਦੀ ਹੈ 6.3 ਵੋਲਟ ਕੁਐਸਚਨ ਨੰਬਰ 16 ਚੈਨਲ ਬੈਂਡਵਿਡਥ ਕਿੰਨੀ ਹੁੰਦੀ ਹੈ ਇੱਕ ਚੈਨਲ ਦੀ ਬੈਂਡਵਿਡਥ ਹੁੰਦੀ ਹੈ 7 ਮੀਗਾਹਰਟਜ਼ ਕਵੈਸਚਨ ਨੰਬਰ 17 ਬਲੂਨ ਕੀ ਕੰਮ ਕਰਦਾ ਹੈ ਐਂਟੀਨਾ ਤੇ ਆਰਫ ਐਂਪਲੀਫਾਇਰ ਦੇ ਵਿੱਚ ਇਹ ਲੱਗਿਆ ਹੁੰਦਾ ਹੈ ਇਹ ਮੈਚਿੰਗ ਦਾ ਕੰਮ ਕਰਦਾ ਹੈ ਉਹਨਾਂ ਦੀ ਇੰਪੀਡੈਂਸ ਨੂੰ ਮੈਚ ਕਰਦਾ ਹੈ ਕਵੈਸਚਨ ਨੰਬਰ 18 ایਚਟੀ ਦੀ ਫੁੱਲ ਫਾਰਮ ਦੱਸੋ ਐਕਸਟਰਾ ਹਾਈ ਟੈਂਸ਼ਨ ਕਵੈਸਚਨ ਨੰਬਰ 19 ਮੋਨੋਕ੍ਰੋਮਾਟਿਕ ਕਲਰ ਦੀ ایਚਟੀ ਕਿੰਨੀ ਹੁੰਦੀ ਹੈ ਅਗਰ ਅਸੀਂ ਮੋਨੋਕ੍ਰੋਮ ਟੀਵੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ 18 ਕਿਲੋਵੋਲਟ 컬러 ਟੀਵੀ ਦੇ ਵਿੱਚ 22 ਤੋਂ ਲੈ ਕੇ 27 ਕਿਲੋਵੋਲਟ ਤੱਕ EHT ਹੁੰਦੀ ਹੈ। ਕੁਐਸਚਨ ਨੰਬਰ 20 ਪ੍ਰਿਜ਼ਮ ਦੇ ਰੰਗਾਂ ਬਾਰੇ ਦੱਸੋ। ਪ੍ਰਿਜ਼ਮ ਦੇ ਵਿੱਚ ਸਾਡੇ ਕਲਰ ਹੁੰਦੇ ਨੇ ਇਹੀ ਸੀਕੁਐਂਸ ਹੁੰਦੀ ਹੈ ਵਾਇਲਟ ਇੰਡੀਗੋ ਬਲੂ ਗ੍ਰੀਨ yellow orange red। ਕੁਐਸਚਨ ਨੰਬਰ 21 ਪ੍ਰਾਇਮਰੀ ਰੰਗਾਂ ਦਾ ਅਨੁਪਾਤ ਦੱਸੋ ਜਿਹੜਾ ਸਾਡਾ ਰੈੱਡ ਹੈ ਉਹ 30% ਹੁੰਦਾ ਹੈ ਗ੍ਰੀਨ 59 ਬਲੂ 11% ਕੁਐਸਚਨ ਨੰਬਰ 22 ਕਲਰ ਪਿਕਚਰ ਟਿਊਬ ਦੇ ਨਾਮ ਦੱਸੋ ਸਾਡੀਆਂ ਤਿੰਨ ਤਰ੍ਹਾਂ ਦੀਆਂ ਕਲਰ ਪਿਕਚਰ ਟਿਊਬਸ ਨੇ ਜਿਨ੍ਹਾਂ ਦੇ ਨਾਮ ਨੇ ਡੈਲਟਾ ਗਨ ਪਿਲ ਪ੍ਰੀਸੀਜਨ ਇਨ ਲਾਈਨ ਟ੍ਰਿੰਟ੍ਰੋਨ ਕੁਐਸਚਨ ਨੰਬਰ 23 ਡੈਲਟਾ ਗਨ ਦੀਆਂ ਗਾਂਸ ਦਾ ਐਂਗਲ ਦੱਸੋ ਜਿਹੜੀ ਸਾਡੀ ਡੈਲਟਾ ਗਨ ਪਿਕਚਰ ਟਿਊਬ ਹੈ ਉਸ ਦੇ ਵਿੱਚ ਤਿੰਨ ਪ੍ਰਾਇਮਰੀ ਕਲਰਸ ਦੀਆਂ ਗਾਂਸ ਹੁੰਦੀਆਂ ਨੇ ਤਿੰਨਾਂ ਦਾ ਆਪਸ ਦੇ ਵਿੱਚ ਜਿਹੜਾ ਐਂਗਲ ਹੈ ਜਦੋਂ ਉਹਨਾਂ ਨੂੰ ਫਿੱਟ ਕੀਤਾ ਜਾਂਦਾ ਹੈ ਤਾਂ 120 ਡਿਗਰੀ ਦਾ ਐਂਗਲ ਉਹ ਆਪਸ ਵਿੱਚ ਬਣਾਉਂਦੀਆਂ ਨੇ ਕੁਐਸਚਨ ਨੰਬਰ 24 ਵੱਖ-ਵੱਖ ਕਲਰ ਟਰਾਂਸਮਿਸ਼ਨ ਦਾ ਨਾਮ ਦੱਸੋ ਜਿਹੜੀ ਟੀਵੀ ਸਿਸਟਮ ਨੇ ਟਰਾਂਸਮਿਸ਼ਨ ਸਿਸਟਮ ਤਿੰਨ ਤਰ੍ਹਾਂ ਦੇ ਨੇ ਐਨਟੀਐਸਸੀ pulse and c cam 25 ਕੁਐਸਚਨ ਭਾਰਤ ਵਿੱਚ ਵਰਤੀ ਜਾਂਦੀ 컬러 ట్రాన్స్మిਸ਼ਨ ਦੱਸੋ ਇੰਡੀਆ ਦੇ ਵਿੱਚ ਪਾਲ ਸਿਸਟਮ ਯੂਜ਼ ਕੀਤਾ ਜਾਂਦਾ ਹੈ ਫੇਸ ਅਲਟਰਨੇਟ ਬਾਈ ਲਾਈਨ ਕੁਐਸਚਨ ਨੰਬਰ 26 컬러 ਸਬ ਕੈਰੀਅਰ ਫ੍ਰੀਕੁਐਂਸੀ ਕਿੰਨੀ ਹੈ ਤਿੰਨੇ ਜਿਹੜੇ 컬러 ట్రాన్స్మిਸ਼ਨ ਸਿਸਟਮ ਨੇ ਇਹਨਾਂ ਦੇ ਵਿੱਚ 컬러 ਸਬ ਕੈਰੀਅਰ ਫ੍ਰੀਕੁਐਂਸੀ ਹੈ 4.43 ਮੀਗਾਹਰਟਜ਼ ਕਵੈਸਚਨ ਨੰਬਰ 27 컬러 পিকচার ਟਿਊਬ ਵਿੱਚ ਕਿੰਨੀਆਂ ਗਨਸ ਹੁੰਦੀਆਂ ਹਨ 컬러 পিকচার ਟਿਊਬ ਦੇ ਵਿੱਚ 3 ਪ੍ਰਾਇਮਰੀ ਕਲਰਸ ਲਈ ਗਨਸ ਹੁੰਦੀਆਂ ਹਨ ਕਵੈਸਚਨ ਨੰਬਰ 28 ਇਸ ਇੱਥੋਂ ਵੀ ਸੀਕੁਐਂਸ ਨੰਬਰਿੰਗ ਥੋੜੀ ਗਲਤ ਲਿਖੀ ਹੋਈ ਹੈ ਮੋਨੋਕ੍ਰੋਮ ਪਿਕਚਰ ਟਿਊਬ ਵਿੱਚ ਕਿੰਨੀਆਂ ਗਨਸ ਹਨ 1 ਓਨਲੀ ਸਿੰਗਲ ਇਲੈਕਟ੍ਰੋਨ ਗਨ ਲੱਗੀ ਹੁੰਦੀ ਹੈ ਵੀਡੀਓ ਅਤੇ ਸਾਊਂਡ ਲਈ ਕਿਹੜੀ ਮੋਡੂਲੇਸ਼ਨ ਵਰਤੀ ਜਾਂਦੀ ਹੈ ਵੀਡੀਓ ਸਿਗਨਲ ਤੇ ਏ ਐਮ ਐਂਡ ਸਾਊਂਡ ਤੇ ਐਫ ਐਮ ਮੋਡੂਲੇਸ਼ਨ ਕੀਤੀ ਜਾਂਦੀ ਹੈ ਇੰਟਰ ਕੈਰੀਅਰ ਸਾਊਂਡ ਆਈ ਐਫ ਕਿੰਨੀ ਹੁੰਦੀ ਹੈ ਜਿਹੜੀ ਸਾਡੀ ਸਾਊਂਡ ਹੈ ਉਸ ਦੀ ਕੈਰੀਅਰ ਫ੍ਰੀਕੁਐਂਸੀ ਹੁੰਦੀ ਹੈ 5.5 ਮੀਗਾਹਰਟਜ਼ ਵੀਡੀਓ ਡਿਟੈਕਟਰ ਤੋਂ ਜਦੋਂ ਸਾਨੂੰ ਸਾਊਂਡ ਸਿਗਨਲ ਮਿਲਦਾ ਹੈ ਤਾਂ ਇੱਕ ਟਰੈਪ ਸਰਕਟ ਲਗਾ ਕੇ ਇਸ ਨੂੰ 5.5 ਮੀਗਾਹਰਟਜ਼ ਕ੍ਰੀਏਟ ਕੀਤਾ ਜਾਂਦਾ ਹੈ ਵਾਈ ਸਿਗਨਲ ਕੀ ਹੁੰਦਾ ਹੈ ਵਾਈ ਨੂੰ ਸਿਗਨਲ ਵੋਲਟੇਜ ਅਸੀਂ ਕਹਿੰਦੇ ਆ ਜਿਹੜਾ ਕਿਸ ਨੂੰ ਮਿਲਾ ਕੇ ਬਣਦਾ ਹੈ 레드 30% ਗ੍ਰੀਨ 59 ਐਂਡ ਬਲੂ 11% ਨੈਕਸਟ ਕੁਐਸਚਨ EHT ਦਾ ਦੂਸਰਾ ਨਾਮ ਦੱਸੋ EHT ਨੂੰ EST ਡਾਇਓਡ ਵੀ ਕਈ ਵਾਰ ਲਿਖਿਆ ਜਾਂਦਾ ਹੈ ਰੈਕਟੀਫਾਇਰ ਡਾਇਓਡ ਵੀ ਲਿਖਿਆ ਜਾਂਦਾ ਹੈ ਜਾਂ ਇਸ ਨੂੰ ਪਾਵਰ ਸਪਲਾਈ ਵੀ ਕਿਹਾ ਜਾਂਦਾ ਹੈ ਟੀਵੀ ਦੀ AFC ਕਿਉਂ ਲਗਾਇਆ ਜਾਂਦਾ ਹੈ ਜੀਵੇਂ ਕਿ ਸਾਨੂੰ ਪਤਾ ਹੈ ਸਿੰਕ ਸੈਪਰੇਟਰ ਦੇ ਸਰਕਟ ਵਿੱਚ ਹਾਰੀਜ਼ਨਟਲ ਔਸੀਲੇਟਰ ਦੇ ਅੱਗੇ ਏਫਸੀ ਲਗਾਇਆ ਜਾਂਦਾ ਹੈ ਨੌਇਸ ਕੈנסਲੇਸ਼ਨ ਲਈ ਤਾਂ ਕਿ ਕੋਈ ਵੀ ਸ਼ੋਰ ਆਪਣੇ ਹਾਰੀਜ਼ਨਟਲ ਔਸੀਲੇਟਰ ਕੋਲ ਨਾ ਪਾਂਚੇ ਇਹਦੇ ਵਿੱਚ ਇੱਕ ਲੋ ਪਾਸ ਸਰਕਟ ਲਗਾ ਕੇ ਨੌਇਸ ਨੂੰ ਕੈנסਲ ਕੀਤਾ ਜਾਂਦਾ ਹੈ ਕੁਐਸਚਨ ਨੰਬਰ 33 ਸਿੰਕ ਸੈਪਰੇਟਰ ਕੀ ਕਰਦਾ ਹੈ ਸਿੰਕ ਸੈਪਰੇਟਰ ਵੀਡੀਓ ਸਿਗਨਲ ਤੋਂ ਜੋ ਸਾਨੂੰ CVS ਪ੍ਰਾਪਤ ਹੁੰਦੀ ਹੈ ਕੰਪੋਜ਼ਿਟ ਵੀਡੀਓ ਸਿਗਨਲ ਉਹਦੇ ਵਿੱਚੋਂ ਸਿੰਕ ਪਲਸ ਪਲਸਿਸ ਨੂੰ ਅਲੱਗ ਕਰਨ ਦਾ ਕੰਮ ਕਰਦਾ ਹੈ ਕੁਐਸਚਨ ਨੰਬਰ 34 ਐਨਟੀਐਸਸੀ ਪਾਲ ਅਤੇ ਸੀ ਕੈਮ ਦੀ ਫੁੱਲ ਫਾਰਮ ਦੱਸੋ ਐਨਟੀਐਸਸੀ ਦੀ ਹੈ ਨੈਸ਼ਨਲ ਟੈਲੀਵਿਜ਼ਨ ਸਿਸਟਮ ਕਮੇਟੀ ਇਹ ਅਮਰੀਕਾ ਨੇ 1954 ਦੇ ਵਿੱਚ ਡਿਵੈਲਪ ਕੀਤਾ ਹੈ ਸਿਸਟਮ ਨੈਕਸਟ ਸਟੈਪ ਫੇਸ ਅਲਟਰਨੇਟ ਬਾਈ ਲਾਈਨ ਜਰਮਨੀ ਨੇ 1967 ਦੇ ਵਿੱਚ ਇਸ ਨੂੰ ਡਿਵੈਲਪ ਕੀਤਾ ਲਾਸਟ ਹੈ ਸੀ ਕੈਮ ਸੀਕੁਐਂਸ਼ੀਅਲ ਕਲਰ ਐਂਡ ਮੈਮੋਰੀ ਸਿਸਟਮ ਫਰਾਂਸ ਨੇ 1967 ਦੇ ਵਿੱਚ ਇਸ ਨੂੰ ਡਿਵੈਲਪ ਕੀਤਾ ਕੁਐਸਚਨ ਨੰਬਰ 35 ਪ੍ਰੀਸੀਜਨ ਇਨ ਲਾਈਨ ਵਿੱਚ ਗਨਸ ਕਿਵੇਂ ਰੱਖੀਆਂ ਜਾਂਦੀਆਂ ਹਨ ਇਸੇ ਵਿੱਚ ਤਿੰਨੋਂ ਗਨਸ ਨੂੰ ਇੱਕ ਲਾਈਨ ਦੇ ਵਿੱਚ ਰੱਖਿਆ ਜਾਂਦਾ ਹੈ ਇਸ ਲਈ ਇਸ ਨੂੰ ਥਰੀ ਇਨ ਲਾਈਨ ਗਨ ਵੀ ਕਿਹਾ ਜਾਂਦਾ ਹੈ ਕੁਐਸਚਨ ਨੰਬਰ 36 ਟ੍ਰਿੰਟ੍ਰੋਨ ਪਿਕਚਰ ਟਿਊਬ ਵਿੱਚ ਕਿੰਨੀਆਂ ਗਨਸ ਹਨ ਟ੍ਰਿੰਟ੍ਰੋਨ ਪਿਕਚਰ ਟਿਊਬ ਦੇ ਵਿੱਚ ਇੱਕੋ ਹੀ ਗਨ ਯੂਜ਼ ਕੀਤੀ ਜਾਂਦੀ ਹੈ ਜਿਹੜੀ ਤਿੰਨੋਂ ਪ੍ਰਾਇਮਰੀ ਕਲਰਸ ਪ੍ਰੋਡਿਊਸ ਕਰਦੀ ਹੈ ਕੁਐਸਚਨ ਨੰਬਰ 37 ਕਨਵਰਜੈਂਸ ਕੀ ਹੈ ਜਦੋਂ ਤਿੰਨੋਂ ਇਲੈਕਟ੍ਰੋਨ ਗਾਂਸ ਤੋਂ ਜਿਹੜੀਆਂ ਤਿੰਨੋਂ ਬੀम्स ਪੈਦਾ ਹੁੰਦੀਆਂ ਨੇ ਉਹਨਾਂ ਨੂੰ ਇਕੱਠਾ ਕਰਕੇ ਸਕਰੀਨ ਤੇ ਇੱਕੋ ਜਗ੍ਹਾ ਸੁੱਟਿਆ ਜਾਂਦਾ ਹੈ ਤਾਂ ਇਸ ਨੂੰ ਕਨਵਰਜੈਂਸ ਕਿਹਾ ਜਾਂਦਾ ਹੈ ਪਿੰ ਕੁਸ਼ਨ ਦੋਸ਼ ਕੀ ਹੈ ਸਾਡੀ ਸਕਰੀਨ ਦੇ ਵਿੱਚ ਕਈ ਵਾਰ ਕੁਝ ਡਿਸਟੋਰਸ਼ਨ ਜਾਂ 에ਰਰਸ ਆ ਜਾਂਦੀਆਂ ਅਗਰ ਚਾਰੇ ਪਾਸਿਆਂ ਤੋਂ ਸਾਡੀ ਤਸਵੀਰ ਸਾਈਡਾਂ ਤੋਂ ਅੰਦਰ ਨੂੰ ਮੁੜੇ ਤਾਂ ਉਸ ਨੂੰ ਪਿੰ ਕੁਸ਼ਨ ਡਿਸਟੋਰਸ਼ਨ ਕਿਹਾ ਜਾਂਦਾ ਹੈ ਬੈਰਲ ਡਿਸਟੋਰਸ਼ਨ ਕੀ ਹੈ ਚਾਰੇ ਕੋਨਿਆਂ ਤੋਂ ਤਸਵੀਰ ਅਗਰ ਅੰਦਰ ਨੂੰ ਮੁੜੇ ਤਾਂ ਉਸ ਨੂੰ ਬੈਰਲ ਡਿਸਟੋਰਸ਼ਨ ਕਿਹਾ ਜਾਂਦਾ ਹੈ ਕਨਵਰਜੈਂਸ ਕਿੰਨੇ ਪ੍ਰਕਾਰ ਦੀ ਹੈ ਕਨਵਰਜੈਂਸ ਦੋ ਪ੍ਰਕਾਰ ਦੀ ਹੈ ਸਟੈਟਿਕ ਕਨਵਰਜੈਂਸ ਐਂਡ ਡਾਇਨਾਮਿਕ ਕਨਵਰਜੈਂਸ 41 ਕੁਐਸਚਨ ਰਾਸਟਰ ਵਿੱਚ ਹੋਣ ਵਾਲੇ ਦੋਸ਼ਾਂ ਬਾਰੇ ਦੱਸੋ ਸਾਡੀ ਸਕਰੀਨ ਦੇ ਵਿੱਚ ਕਈ ਵਾਰ ਬਹੁਤ ਸਾਰੇ ਆਪਾਂ ਕਹਿੰਦੇ ਆ ਫਾਲਟ ਆ ਜਾਂਦੇ ਨੇ ਉਹ ਵੱਖ-ਵੱਖ ਤਿੰਨ ਫਾਲਟ ਨੇ ਲੀਨੀਅਰਿਟੀ ਹਾਈਟ ਕੱਟ ਜਾਣੀ ਆਪਾਂ ਨੂੰ ਜਿੰਨੀ ਹਾਈਟ ਦਿਖਣੀ ਚਾਹੀਦੀ ਹੈ ਫੋਟੋ ਦੀ ਉਹ ਕੱਟ ਜਾਣੀ ਜਾਂ ਫਿਰ ਚੜਾਈ ਕੱਟ ਜਾਣੀ ਕੁਐਸਚਨ ਨੰਬਰ 42 ਟੋਨ ਕੰਟਰੋਲ ਦਾ ਦੂਸਰਾ ਨਾਮ ਦੱਸੋ ਟੋਨ ਕੰਟਰੋਲ ਨੂੰ ਬੇਸ ਐਂਡ ਟੈਰੇਬਲ ਵੀ ਕਿਹਾ ਜਾਂਦਾ ਹੈ ਕੁਐਸਚਨ ਨੰਬਰ 43 ਵੀਡੀਓ ਡਿਟੈਕਟਰ ਤੋਂ ਸਾਨੂੰ ਕਿਹੜੇ ਦੋ ਸਿਗਨਲ ਮਿਲਦੇ ਹਨ ਇੱਕ ਸਾਨੂੰ ਸਾਊਂਡ ਸਿਗਨਲ ਮਿਲਦਾ ਹੈ ਇੱਕ ਸਾਨੂੰ ਵੀਡੀਓ ਸਿਗਨਲ ਮਿਲਦਾ ਹੈ ਇਹ ਇਹਨਾਂ ਸਿਗਨਲਸ ਨੂੰ ਸੈਪਰੇਟ ਕਰਕੇ ਆਪਣੇ ਆਪਣੇ ਸੈਕਸ਼ਨ ਦੇ ਵਿੱਚ ਭੇਜਦਾ ਹੈ। ਕੁਐਸਚਨ ਨੰਬਰ 44 ਸੀਆਰਟੀ ਦੇ ਵੱਖ-ਵੱਖ ਭਾਗਾਂ ਦੀ ਜਾਣਕਾਰੀ ਦਿਓ। ਸੀਆਰਟੀ ਦੇ ਵਿੱਚ ਇਲੈਕਟ੍ਰੋਨ ਗਨ ਅਸੈਂਬਲੀ ਉਸ ਤੋਂ ਬਾਅਦ ਫੋਕਸਿੰਗ ਅਸੈਂਬਲੀ ਉਸ ਤੋਂ ਬਾਅਦ ਡਿਫਲੈਕਸ਼ਨ ਸਿਸਟਮ ਉਸ ਤੋਂ ਬਾਅਦ ਫਲੋਰੋਸੈਂਟ ਸਕਰੀਨ ਦਾ ਸਿਸਟਮ ਹੁੰਦਾ ਹੈ। ਕੁਐਸਚਨ ਨੰਬਰ 45 ਵੀਡੀਓ ਐਂਪਲੀਫਾਇਰ ਤੋਂ ਪ੍ਰਾਪਤ ਹੋ ਕੰਟਰੋਲਾਂ ਬਾਰੇ ਦੱਸੋ। ਵੀਡੀਓ ਐਂਪਲੀਫਾਇਰ ਦੇ ਨਾਲ ਦੋ ਕੰਟਰੋਲ ਲੱਗੇ ਹੁੰਦੇ ਨੇ ਸਾਡੇ ਬ੍ਰਾਈਟਨੈਸ ਅਤੇ ਕੰਟਰਾਸਟ ਨੂੰ ਕੰਟਰੋਲ ਕਰਨ ਲਈ ਕੁਐਸਚਨ ਨੰਬਰ 46 ਹਾਰिजॉन्ਟਲ ਐਂਡ ਵਰਟੀਕਲ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ ਹਾਰिजॉन्ਟਲ ਫ੍ਰੀਕੁਐਂਸੀ ਹੁੰਦੀ ਹੈ 156 ਟੂ 5 ਹਰਟਸ ਐਂਡ ਵਰਟੀਕਲ ਹੁੰਦੀ ਹੈ 50 ਹਰਟਸ ਸੋ ਇਹ ਸੀਗੇ ਕੁਐਸਚਨਸ ਸ਼ਾਰਟ ਕੁਐਸਚਨਸ ਤੁਹਾਡੇ ਚੈਪਟਰ 3 ਦੇ ਟ੍ਰੇਡ 1 ਦੇ ਨੇਰ अबाउट 50 ਕੁਐਸ਼ਨਸ ਸੇ ਬਣਦੇ ਨੇ ਸੀਕੁਐਂਸ ਗਲਤ ਹੋਣ ਕਰਕੇ 46 ਦਿਖ ਰਹੇ ਨੇ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਨੈਕਸਟ ਕੁਐਸ਼ਨਸ ਨਾਲ ਥੈਂਕ ਯੂ